ਵੱਡੀ ਖਬਰ ਸਾਹਮਣੇ ਆ ਰਹੀ ਹੈ, ਕੇਂਦਰੀ ਜੇਲ੍ਹ ਦੇ ਵਿੱਚ ਕੈਦੀਆਂ ਦੇ ਆਪਸ ਦੇ ਵਿੱਚ ਭਿੜਣ ਦੀ ਖਬਰ ਹੈ। ਦੱਸਦੇ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਤੇ ਇਸ ਝੜਪ ਦੇ ਵਿੱਚ 3 ਕੈਦੀ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹੌਸਪੀਟਲ ਲਿਆਂਦਾ ਗਿਆ। ਤਾਂ ਦੱਸ ਦਈਏ ਕਿ ਇਹ ਵੱਡੀ ਖਬਰ ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕੈਦੀ ਆਪਸ ਦੇ ਵਿੱਚ ਭਿੜੇ ਨੇ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ, 3 ਕੈਦੀ ਜ਼ਖਮੀ ਹੋਣ ਦੀ ਖਬਰ ਦੱਸੀ ਜਾ ਰਹੀ ਹੈ। ਦੱਸ ਦਈਏ ਕਿ 3 ਨੂੰ ਇਲਾਜ ਦੇ ਲਈ ਹੌਸਪੀਟਲ ਵੀ ਲਿਆਂਦਾ ਗਿਆ। ਤਾਂ ਇਸ ਖਬਰ ਦੇ ਉੱਪਰ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਸਾਡੇ ਪੱਤਰਕਾਰ ਸੁਖਚੈਨ ਸਾਗਰ ਜੁੜ ਚੁੱਕੇ ਨੇ। ਜੀ ਸੁਖਚੈਨ, ਕੀ ਜਾਣਕਾਰੀ ਹੈ? ਜੀ ਬਿਲਕੁਲ, ਜਾਣਕਾਰੀ ਤੁਹਾਨੂੰ ਦੱਸਦੀ ਹੈ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਆਪਸ ਵਿੱਚ ਕੈਦੀ ਭਿੜੇ ਨੇ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਨੂੰ ਸਾਡੇ ਤੱਕ ਪਹੁੰਚੀ ਹੈ, ਜਿਹਦੇ ਵਿੱਚ 3 ਕੈਦੀ ਜਿਹੜੇ ਆ ਜ਼ਖਮੀ ਹੋਏ ਨੇ, ਜਿਹਨਾਂ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਤੁਹਾਨੂੰ ਦੱਸ ਦਈਏ ਕਿ ਲਗਾਤਾਰ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਪਈਆਂ। ਕਦੀ ਮੋਬਾਈਲ ਫੋਨ ਫੜੇ ਜਾਂਦੇ ਨੇ, ਕਦੀ ਨਸ਼ਾ ਫੜਿਆ ਜਾਂਦਾ, ਕਦੀ ਕੈਦੀ ਆਪਸ ਵਿੱਚ ਭਿੜ ਜਾਂਦੇ ਨੇ। ਅਸੀਂ ਤਰ੍ਹਾਂ ਕਿਤੇ ਸਵਾਲ ਖੜੇ ਹੁੰਦੇ ਨੇ ਪ੍ਰਸ਼ਾਸਨ ਦੇ ਉੱਤੇ, ਜੇਲ੍ਹ ਪ੍ਰਸ਼ਾਸਨ ਤੇ ਸਵਾਲ ਖੜੇ ਹੁੰਦੇ ਨੇ ਕਿ ਕੋਈ ਡਰ ਨਹੀਂ ਰਹਿ ਗਿਆ, ਸੁਧਾਰ ਕੇਂਦਰ ਅਸੀਂ ਕਿਸ ਤਰ੍ਹਾਂ ਕਵਾਂਗੇ। ਜੇਕਰ ਇਹਨੂੰ ਸੁਧਾਰ ਕੇਂਦਰ ਕਿਹਾ ਜਾ ਰਿਹਾ ਤਾਂ ਮਤਲਬ ਹੈ ਕਿ ਜਿਹੜਾ ਵੀ ਇੱਥੇ ਪਹੁੰਚੇਗਾ, ਜਿਹੜਾ ਕੈਦੀ ਉਹਨੂੰ ਸੁਧਾਰ ਕੇ ਬਾਹਰ ਕੱਢਾਂਗੇ। ਪਰ ਇਹ ਜਿਹੜੀਆਂ ਘਟਨਾਵਾਂ ਨੇ ਇਹ ਦੱਸਦੀਆਂ ਨੇ ਕਿ ਸੁਧਾਰ ਕੇਂਦਰ ਨਹੀਂ ਹੈ, ਇਹ ਸਿਰਫ ਜੇਲ੍ਹ ਹੀ ਹੈ। ਤਾਂ ਲੋਕ ਉੱਥੇ ਜਿਹੜੇ ਨੌਜਵਾਨ ਪਹੁੰਚਦੇ ਨੇ ਉਹ ਵਿਗੜ ਕੇ ਬਾਹਰ ਨਿਕਲਣਗੇ। ਇਹ ਇਸ ਚੀਜ਼ ਦਾ ਪ੍ਰਤੀਕ ਹੈ ਜਿਹੜੀ ਘਟਨਾ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਹੋਈ ਹੈ ਜੀ। ਕੋਈ ਮਾਮਲੇ ਨੂੰ ਲੈ ਕੇ ਜਾਣਕਾਰੀ ਮਿਲ ਪਾਈ ਹੈ ਕਿ ਕੀ ਕੈਦੀ ਆਪਸ ਦੇ ਵਿੱਚ ਇੱਕ ਦੂਜੇ ਨੂੰ ਜਾਣਦੇ ਸਨ ਜਾਂ ਕੋਈ ਹੋਰ ਕੋਈ ਗੈਂਗਵਾਰ ਦਾ ਇਸ਼ੂ ਤਾਂ ਨਹੀਂ ਹੈ? ਕੋਈ ਇਸ ਚੀਜ਼ ਨੂੰ ਲੈ ਕੇ ਕੋਈ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲ ਪਾਈ ਹੈ ਜੀ? ਸੁਪ੍ਰੀਤ, ਸੂਤਰਾਂ ਦੇ ਹਵਾਲੇ ਤੋਂ ਜਿਹੜੀ ਸਾਡੇ ਸਾਹਮਣੇ ਖਬਰ ਆਈ ਹੈ ਉਹ ਆਪਣੇ ਦਰਸ਼ਕਾਂ ਨਾਲ ਅਸੀਂ ਸਾਂਝੀ ਕਰਦੇ ਹਾਂ। ਪਰ ਸਭ ਤੋਂ ਵੱਡੀ ਨਲਾਇਕੀ ਅਸੀਂ ਇਹ ਕਵਾਂਗੇ ਪ੍ਰਸ਼ਾਸਨ ਦੀ ਕਿ ਪ੍ਰਸ਼ਾਸਨ ਦੇ ਕੋਲੋਂ ਜਦੋਂ ਅਸੀਂ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪ੍ਰਸ਼ਾਸਨ ਵੱਲੋਂ ਸਾਫ਼ ਤੌਰ ਤੇ ਨਾ ਕਰ ਦਿੱਤੀ ਜਾਂਦੀ ਹੈ ਕਿ ਹਜੇ ਅਸੀਂ ਕੁਛ ਨੀ ਦੱਸਦੇ ਪਏ, ਅਸੀਂ ਜਾਂਚ ਕਰਾਂਗੇ, ਜਿਹਦੇ ਕਾਰਨ ਖਬਰ ਜਿਹੜੀ ਚੱਲ ਜਾਂਦੀ ਹੈ। ਤਾਂ ਚੱਲਣ ਤੋਂ ਬਾਅਦ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ, ਉੱਚ ਅਧਿਕਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ, ਘੱਟ ਘਟਨਾ ਹੋਈ ਹੈ, ਮੀਡੀਆ ਵਿੱਚ ਜ਼ਿਆਦਾ ਚੱਲਦੀ ਪਈ ਹੈ, ਤਾਂ ਦੱਸਣਾ ਚਾਹੀਦਾ ਹੈ, ਆਫੀਸ਼ੀਅਲ ਤਰੀਕੇ ਨਾਲ ਦੱਸਣਾ ਚਾਹੀਦਾ ਤਾਂ ਜੋ ਦਰਸ਼ਕਾਂ ਤੱਕ ਸਹੀ ਇਨਫੋਰਮੇਸ਼ਨ ਪਹੁੰਚ ਸਕੇ। ਪਰ ਕਿਤੇ ਨਾ ਕਿਤੇ ਮੀਡੀਆ ਤੋਂ ਦੂਰੀ ਬਣਾਈ ਜਾਂਦੀ ਹੈ, ਤਾਂ ਜਿੱਦਾਂ ਹੀ ਮੀਡੀਆ ਤੋਂ ਦੂਰੀ ਬਣਾਈ ਜਾਂਦੀ ਹੈ ਫਿਰ ਇਸ ਤੋਂ ਕਲੀਅਰ ਹੋ ਜਾਂਦਾ ਹੈ ਕਿ ਜੋ ਅਸੀਂ ਦੱਸਦੇ ਪਏ ਹਾਂ ਉਹ ਵਾਕਿਆ ਹੀ ਸੱਚ ਹੈ। ਜੀ ਸੁਖਚੈਨ ਜੀ, ਕੈਦੀਆਂ ਦੀ ਹਾਲਤ ਨੂੰ ਲੈ ਕੇ ਕੋਈ ਜਾਣਕਾਰੀ ਮਿਲ ਪਾਈ ਹੈ? ਹੁਣ ਡਿਸਚਾਰਜ ਕਰ ਦਿੱਤਾ ਗਿਆ ਹੈ ਜਾਂ ਹਸਪੀਟਲ ਦੇ ਵਿੱਚ ਹੀ ਨੇ? ਫਿਲਹਾਲ ਡਿਸਚਾਰਜ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਕਰ ਦਿੱਤਾ ਗਿਆ, ਪਰ ਹਾਲਤ ਜਿਹੜੀ ਹੈ ਹਾਲਤ ਜ਼ਿਆਦਾ ਨਾਜ਼ੁਕ ਨਹੀਂ ਹੈ। ਦੋ ਧਿਰਾਂ ਤੇ ਲੜਕੀਆਂ ਨੇ ਤਾਂ ਦੋਨਾਂ ਧਿਰਾਂ ਦੇ ਕਿਸੇ ਦਾ ਇੱਕ ਬੰਦਾ ਜ਼ਖਮੀ ਹੋਇਆ, ਕਿਸੇ ਦੋ ਬੰਦੇ ਜ਼ਖਮੀ ਹੋਏ ਤੇ ਜ਼ਖਮੀ ਇਸ ਤਰੀਕੇ ਨਾਲ ਹੋਏ ਆ ਕਿ ਜ਼ਿਆਦਾ ਸੀਰੀਅਸ ਨਹੀਂ ਹੈ। ਅਸੀਂ ਕਹਾਂਗੇ ਮੌਕੇ ਤੇ ਜਿਹੜੇ ਹੋਰ ਆਸ ਪਾਸ ਦੇ ਕੈਦੀ ਹੁੰਦੇ ਨੇ ਜਾਂ ਫਿਰ ਹੋਰ ਉਹਨਾਂ ਦੇ ਭਾਈ ਬੰਧੂ ਹੁੰਦੇ ਨੇ ਅੰਦਰ ਜੇਲ੍ਹ ਦੇ, ਉਹਨਾਂ ਵੱਲੋਂ ਛੁਡਵਾ ਜ਼ਰੂਰ ਲਿੱਤਾ ਗਿਆ ਸੀ, ਪਰ ਮੁੱਠਭੇੜ ਹੋਈ ਆ, ਲੜਾਈ ਹੋਈ ਆ, ਲੜਾਈ ਹੋਣ ਤੋਂ ਬਾਅਦ ਜ਼ਖਮੀ ਜ਼ਰੂਰ ਹੋਏ ਨੇ ਪਰ ਉਹਨਾਂ ਨੂੰ ਹੁਣ ਡਿਸਚਾਰਜ ਕਰ ਦਿੱਤਾ ਗਿਆ। ਜੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ। ਤਾਂ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ, ਜੇਲ੍ਹ ਦੇ ਵਿੱਚ ਕੈਦੀ ਆਪਸ ਦੇ ਵਿੱਚ ਭਿੜੇ ਨੇ, ਹਾਲਾਂਕਿ ਕਿਸੇ ਗੈਂਗ ਦੇ ਨਾਲ ਸੰਬੰਧਿਤ ਨੇ ਜਾਂ ਨਹੀਂ, ਗਰੁੱਪਇਜ਼ਮ ਹੈ ਕੋਈ, ਇਸ ਨੂੰ ਲੈ ਕੇ ਜਾਣਕਾਰੀ ਤਾਂ ਨਹੀਂ ਮਿਲ ਪਾਈ ਹੈ। ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੇ ਵੱਲੋਂ ਕੋਈ ਜਾਣਕਾਰੀ ਫਿਲਹਾਲ ਨਹੀਂ ਦਿੱਤੀ ਗਈ ਅਤੇ ਉਹਨਾਂ ਇਹ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ। ਤਾਂ ਉੱਥੇ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਸੀ ਕਿ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਕੈਦੀ ਆਪਸ ਦੇ ਵਿੱਚ ਭਿੜੇ ਨੇ, 3 ਕੈਦੀ ਜ਼ਖਮੀ ਦੱਸੇ ਜਾ ਰਹੇ ਨੇ, ਹਾਲਾਂਕਿ ਹਾਲਾਤ ਜਿਹੜੇ ਨੇ ਉਹਨਾਂ ਦੇ ਜ਼ਿਆਦਾ ਨਾਜ਼ੁਕ ਨਹੀਂ ਨੇ। ਤਾਂ ਇਹ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਕੈਦੀ ਜਿਹੜੇ ਇਹਨਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਵੀ ਆ ਰਹੇ ਹੋਣਗੇ। ਦੱਸ ਦਈਏ ਕਿ ਜਦੋਂ ਪੁਲਿਸ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਸਿਰਫ ਇਹ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ, ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਤਾਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਇੱਕ ਵਾਰ ਫਿਰ ਤੋਂ ਇਹ ਮਾਮਲਾ ਸਾਹਮਣੇ ਆਇਆ। ਅਕਸਰ ਹੀ ਸੁਰਖੀਆਂ ਦੇ ਵਿੱਚ ਸਾਡੀਆਂ ਕੇਂਦਰੀ ਜੇਲ੍ਹਾਂ ਰਹਿੰਦੀਆਂ ਨੇ ਅਤੇ ਜੇਲ੍ਹਾਂ ਦੇ ਵਿੱਚੋਂ ਅਜਿਹੇ ਮਾਮਲੇ ਸਾਹਮਣੇ ਆਉਣਾ ਇੱਕ ਚਿੰਤਾ ਦਾ ਵਿਸ਼ਾ ਹੈ। ਤਾਂ ਵੱਡੀ ਖਬਰ ਹੈ ਕਿ ਅੰਮ੍ਰਿਤਸਰ ਕੇਂਦਰੀ ਜੇਲ੍ਹ
ਦੇ ਵਿੱਚ ਕੈਦੀ ਆਪਸ ਦੇ ਵਿੱਚ ਭਿੜੇ ਨੇ ਅਤੇ ਜ਼ਖਮੀ ਹੋਣ ਤੋਂ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪੀਟਲ ਲਿਆਂਦਾ ਗਿਆ।